ਰੰਗੜ ਨਾਲੋਂ ਖਿੰਗਰ ਚੰਗਾ, ਜਿਸ ਉੱਤੇ ਪੈਰ ਕਸਾਈ ਦਾ, ਬੁੱਲਿਆ ਸ਼ੌ ਨੂੰ ਸੋਈ ਪਾਵੇ, ਜੋ ਬੱਕਰਾ ਬਣੇ ਕਸਾਈ ਦਾ, ਤੇ ਜਿਸ ਪਾਇਆ ਪੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਉਹ ਜਿੱਥੇ ਕੋਈ ਨਾ ਚੜ੍ਹਦੀ ਲੈਂਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਬੁੱਲਿਆ ਇੱਥੇ ਸਭ ਮੁਸਾਫਰ, ਕਿਸੇ ਸਦਾ ਨਹੀਂ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਤੁਰਨਾ ਪੈਣਾ। ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ, ਆਪਣੇ ਅੰਦਰ ਝਾਕ ਕੇ ਦੇਖਿਆ, ਮੈਥੋਂ ਬੁਰਾ ਨਾ ਕੋਈ। ਕੋਈ ਕਹਿੰਦਾ ਉਹ ਦੂਰ ਵਸੇਂਦਾ, ਕੋਈ ਕਹਿੰਦਾ ਉਹ ਨੇੜੇ, ਤੇ ਕੋਈ ਕਹਿੰਦਾ ਉਹ ਪੱਥਰਾਂ ਦੇ ਵਿੱਚ, ਕੋਈ ਕਹਿੰਦਾ ਵਿੱਚ ਬੋਲੇ ਮੇਰੇ, ਕੋਈ ਕਹਿੰਦਾ ਉਹ ਦਿਨੇ ਮਿਲਦਾ, ਤੇ ਕੋਈ ਕਹਿੰਦਾ ਮਿਲਦਾ ਵਿੱਚ ਹਨੇਰੇ। ਉਹ ਬੱਲੇ ਸ਼ਾਹ ਮੇਰਾ ਯਾਰ ਤਾਂ ਐਸਾ, ਮੈਨੂੰ ਦਿਖਦਾ ਚਾਰ ਚੁਫੇਰੇ, ਮੈਨੂੰ ਦਿਖਦਾ ਚਾਰ ਚੁਫੇਰੇ। ਫੁੱਲਾਂ ਦਾ ਤੋਂ ਅਤਰ ਬਣਾ, ਅਤਰਾਂ ਦਾ ਫਿਰ ਕੱਢ ਦਰਿਆ, ਦਰਿਆ ਵਿੱਚ ਫਿਰ ਰੱਜ ਕੇ ਨਹਾ, ਮੱਛੀਆਂ ਵਾਂਗੂ ਤਾਰੀਆਂ ਲਾ, ਫਿਰ ਵੀ ਤੇਰੀ ਬੋਹ ਨਹੀਂ ਮੁੱਕਣੀ, ਉਹ ਪਹਿਲਾਂ ਆਪਣੀ ਮੈਂ ਮੁਕਾ, ਪਹਿਲਾਂ ਆਪਣੀ ਮੈਂ ਮੁਕਾ। ਬੁੱਲਿਆ ਚੱਲ ਸੁਨਿਆਰ ਦੇ, ਜਿੱਥੇ ਕਹਿਣੇ ਘੜੀਏ ਲਾਖ, ਤੇ ਸੂਰਤ ਆਪੋ ਆਪਣੀ, ਤੋਂ ਇੱਕੋ ਰੂਪਾਖ, ਤੋਂ ਇੱਕੋ ਰੂਪਾਖ। ਪੜ ਪੜ ਕਿਤਾਬਾਂ ਇਲਮ ਦੀਆਂ, ਤੂੰ ਨਾਮ ਰੱਖ ਲਿਆ ਕਾਜੀ, ਹੱਥ ਵਿੱਚ ਫੜ ਕੇ ਤਲਵਾਰ, ਤੂੰ ਨਾਮ ਰੱਖ ਲਿਆ ਗਾਜ਼ੀ, ਮੱਕੇ ਮਦੀਨੇ ਘੁੰਮ ਆਇਆ, ਤੇ ਤੂੰ ਨਾਮ ਰੱਖ ਲਿਆ ਹਾਜੀ। ਉਹ ਬੁੱਲੇ ਸ਼ਾਹ ਹਾਸਲ ਕੀ ਕੀਤਾ, ਜੇ ਤੂੰ ਰੱਬ ਨਾ ਰੱਖਿਆ ਰਾਜੀ, ਜੇ ਤੂੰ ਯਾਰ ਨਾ ਕੀਤਾ ਰਾਜੀ, ਜੇ ਮਾਹੀ ਮੇਰਾ ਦੁੱਖਾਂ ਵਿੱਚ ਰਾਜੀ, ਮੈਂ ਸੁੱਖ ਨੂੰ ਚੁੱਲ੍ਹੇ ਡਾਵਾਂ। ਉਹ ਬੁੱਲੇ ਸ਼ਾਹ ਕਿਤੇ ਮਿਲ ਪਵੇ ਸੋਹਣਾ, ਉਹਨੂੰ ਰੋ ਰੋ ਦਿਲ ਦਾ ਹਾਲ ਸੁਣਾਵਾਂ, ਉਹਨੂੰ ਰੋ ਰੋ ਦਿਲ ਦਾ ਹਾਲ ਸੁਣਾਵਾਂ। ਨਾ ਮਸਜਿਦ ਵਿੱਚ, ਨਾ ਮੰਦਰ ਵਿੱਚ, ਨਾ ਫਿਰਕਿਆਂ ਭਰਿਆ ਸਮੁੰਦਰ ਵਿੱਚ, ਤੇ ਨਾ ਹੀ ਬਸਤੀ ਵਿੱਚ, ਨਾ ਹੀ ਖੰਡਰ ਵਿੱਚ, ਰੱਬ ਰਚਾਈ ਖੇਡ ਮਨ ਅੰਦਰ ਵਿੱਚ, ਰੱਬ ਰਚਾਈ ਖੇਡ ਮਨ ਅੰਦਰ ਵਿੱਚ। ਇਸ਼ਕ ਨਾ ਹੋਵੇ ਜਿਵੇਂ ਤਮਾਸ਼ਾ, ਇਸ਼ਕ ਵਿੱਚ ਰੁਲੀਆਂ ਨੇ ਕਈ ਜ਼ਾਤਾਂ, ਤੇ ਕਾਜੀ ਕਾਸਦ ਕੰਮ ਨਹੀਂ ਆਏ, ਰੂਹ ਪਹੁੰਚਾਈਆਂ ਦਿਲਾਂ ਦੀਆਂ ਬਾਤਾਂ, ਰੂਹ ਪਹੁੰਚਾਈਆਂ ਦਿਲਾਂ ਦੀਆਂ ਬਾਤਾਂ। ਇੱਥੇ ਲੱਖਾਂ ਰਾਂਝੇ ਫਿਰਦੇ ਨੇ, ਮੈਂ ਮਿਰਚਾ ਬਣ ਕੇ ਕੀ ਕਰਦਾ, ਤੇ ਉਹ ਜਾਂਦੀ ਵਾਰੀ ਪਲਟਿਆ ਨਹੀਂ, ਤੇ ਮੈਂ ਹੱਥ ਹਿਲਾ ਕੇ ਕੀ ਕਰਦਾ, ਤੇ ਮੈਂ ਹੱਥ ਹਿਲਾ ਕੇ ਕੀ ਕਰਦਾ। ਬੁੱਲੇ ਨੂੰ ਲੋਕੀ ਮੱਤੀ ਦਿੰਦੇ ਕਿ ਬੁੱਲਿਆ ਤੂੰ ਬਹਿ ਵਿੱਚ ਮਸੀਤੀ, ਵਿੱਚ ਮਸੀਤਾਂ ਕੀ ਕੁਝ ਹੁੰਦਾ,
ਜੇ ਦਿਲੋਂ ਨਮਾਜ਼ ਨਾ ਕੀਤੀ। ਬਾਹਰੋਂ ਪਾਕ ਕੀਤੇ ਕੀ ਕੁਝ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ। ਤੇ ਬਿਨ ਮੁਰਸ਼ਦ ਕਾਮਲ ਭੁੱਲਿਆ, ਬਿਨ ਮੁਰਸ਼ਦ ਕਾਮਲ ਭੁੱਲਿਆ, ਤੇਰੀ ਐਵੇਂ ਕਈ ਇਬਾਦਤ ਕੀਤੀ, ਤੇਰੀ ਐਵੇਂ ਕਈ ਇਬਾਦਤ ਕੀਤੀ। ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ। ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ। ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।